ਅੱਜ ਅਸੀਂ ਖੈਰ ਦੇ ਨਾਲ ਲੈਣ ਜਾਣੀਆਂ ਨੇ ਤਨਵੀਰ ਸ਼ਬੇਲ ਦੀਆਂ ਜੁੱਤੀਆਂ। ਜੁੱਤੀਆਂ ਲੈਣ ਵਾਸਤੇ ਮੈਂ ਬੱਚਿਆਂ ਨੂੰ ਨਾਲ ਹੀ ਲੈ ਜਾਣੀ ਹੈ ਤਾਂ ਕਿ ਬੱਚੇ ਆਪਣੀ ਪਸੰਦ ਦੀ ਅਤੇ ਆਪਣੇ ਪੈਰ ਦੇ ਸਾਈਜ਼ ਦੇ ਮੁਤਾਬਿਕ ਜੁੱਤੀ ਲੈ ਲੈਣ। ਮੈਂ ਵੀ ਤਨਵੀਰ ਸ਼ਬੇਲ ਨੂੰ ਮੂਸਾ ਨੂੰ ਨਾਲ ਲੈ ਗਈ। ਨਾਲ ਜਾ ਕੇ ਮੈਂ ਉਹਨਾਂ ਨੂੰ ਕਿਹਾ ਆਪਣੀ ਆਪਣੀ ਪਸੰਦ ਦੀ ਤੁਸੀਂ ਜੁੱਤੀ ਖਰੀਦੋ, ਪਸੰਦ ਕਰੋ, ਡਿਜ਼ਾਇਨ ਪਸੰਦ ਕਰੋ, ਸਾਈਜ਼ ਪਰਫੈਕਟ ਲਵੋ ਜਿਹੜੀ ਤੁਹਾਡੇ ਪੈਰ ਦੇ ਵਿੱਚ ਕੰਫਰਟੇਬਲ ਹੋਵੇ ਅਤੇ ਮੈਨੂੰ ਮਾਰਨ ਦੇ ਵਿੱਚ ਵੀ ਤੁਹਾਨੂੰ ਆਸਾਨ ਹੋਵੇ। ਜਿਹੜੀ ਜੁੱਤੀ ਪਸੰਦ ਆਉਂਦੀ ਸੀ ਉਹਦੇ ਵਿੱਚ ਸਾਈਜ਼ ਨਹੀਂ ਸੀ ਹੁੰਦਾ ਜਾਂ ਫਿਰ ਉਹ ਬੱਚਿਆਂ ਨੂੰ ਕੰਫਰਟੇਬਲ ਨਹੀਂ ਸੀ ਹੁੰਦੀ। ਮੈਂ ਕਿਹਾ ਹੁਣ ਤੁਸੀਂ ਆਪਣੀ ਆਪਣੀ ਪਸੰਦ ਦੀ ਜੁੱਤੀ ਪਸੰਦ ਕਰੋ। ਬੱਚਿਆਂ ਨੇ ਆਪਣੀ ਆਪਣੀ ਪਸੰਦ ਦੇ ਜੁੱਤੇ ਪਹਿਨ ਕੇ ਚੈੱਕ ਕਰਕੇ ਡਨ ਕਰ ਲਿੱਤੇ। ਸੋਚਿਆ ਮੈਂ ਵੀ ਆਪਣੇ ਵਾਸਤੇ ਜੁੱਤਾ ਵੇਖ ਲਵਾਂ। ਮੈਂ ਵੀ ਫਿਰ ਬਸ ਜੁੱਤਾ ਵੇਖਿਆ, ਜੁੱਤਾ ਖਰੀਦਿਆ ਨਹੀਂ। ਖੈਰ ਨਾਲ ਬੱਚਿਆਂ ਦੀਆਂ ਜੁੱਤੀਆਂ ਕੰਪਲੀਟ ਹੋ ਗਈਆਂ। ਸ਼ੋਪ ਤੋਂ ਅਸੀਂ ਮਸਾਂ ਮਸਾਂ ਬਾਹਰ ਨਿਕਲੇ ਕਿਉਂਕਿ ਸਾਡਾ ਬਾਹਰ ਨਿਕਲਣ 'ਤੇ ਦਿਲ ਨਹੀਂ ਸੀ ਕਰਦਾ ਪਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਤੁਹਾਡੇ ਸਾਰਿਆਂ ਦੇ? ਤਬਿਸ਼ਤਾਂ, ਸਿਹਤਾਂ, ਨਿਜਤਾਂ ਸਭ ਠੀਕ ਠਾਕ ਹੈ? ਅੱਜ ਅਸੀਂ ਖੈਰ ਦੇ ਨਾਲ ਲੈਣ ਜਾਣੀਆਂ ਨੇ ਤਨਵੀਰ ਸ਼ਬੇਲ ਦੀਆਂ ਜੁੱਤੀਆਂ। ਜੁੱਤੀਆਂ ਲੈਣ ਵਾਸਤੇ ਮੈਂ ਬੱਚਿਆਂ ਨੂੰ ਨਾਲ ਹੀ ਲੈ ਜਾਣੀ ਹੈ ਤਾਂ ਕਿ ਬੱਚੇ ਆਪਣੀ ਪਸੰਦ ਦੀ ਅਤੇ ਆਪਣੇ ਪੈਰ ਦੇ ਸਾਈਜ਼ ਦੇ ਮੁਤਾਬਿਕ ਜੁੱਤੀ ਲੈ ਲੈਣ। ਬੱਚੇ ਨਾਲ ਹੁਣ ਫਿਰ ਆਸਾਨੀ ਹੋ ਜਾਂਦੀ ਹੈ, ਬੱਚਿਆਂ ਦਾ ਸਾਈਜ਼ ਵੀ ਸੈੱਟ ਹੋ ਜਾਂਦਾ ਕਿਉਂਕਿ ਅਕਸਰ ਐਸਾ ਹੁੰਦਾ ਕਿ ਮਾਵਾਂ ਜੁੱਤੀਆਂ ਲੈ ਕੇ ਆ ਜਾਂਦੀਆਂ ਨੇ, ਬਾਅਦ 'ਚ ਬੱਚਿਆਂ ਨੂੰ ਛੋਟੀਆਂ ਵੱਡੀਆਂ ਜਾਂ ਤੰਗ ਹੁੰਦੀਆਂ ਨੇ, ਫਿਰ ਵਾਰ ਵਾਰ ਚੱਕਰ ਲੱਗਦੇ ਨੇ। ਇਸ ਲਈ ਬਿਹਤਰ ਹੈ ਕਿ ਬੱਚਿਆਂ ਨੂੰ ਨਾਲ ਹੀ ਲੈ ਜਾਵੋ। ਮੈਂ ਵੀ ਤਨਵੀਰ ਸ਼ਬੇਲ ਨੂੰ ਮੂਸਾ ਨੂੰ ਨਾਲ ਲੈ ਗਈ। ਨਾਲ ਜਾ ਕੇ ਮੈਂ ਉਹਨਾਂ ਨੂੰ ਕਿਹਾ ਆਪਣੀ ਆਪਣੀ ਪਸੰਦ ਦੀ ਤੁਸੀਂ ਜੁੱਤੀ ਖਰੀਦੋ, ਪਸੰਦ ਕਰੋ, ਡਿਜ਼ਾਇਨ ਪਸੰਦ ਕਰੋ, ਸਾਈਜ਼ ਪਰਫੈਕਟ ਲਵੋ ਜਿਹੜੀ ਤੁਹਾਡੇ ਪੈਰ ਦੇ ਵਿੱਚ ਕੰਫਰਟੇਬਲ ਹੋਵੇ ਅਤੇ ਮੈਨੂੰ ਮਾਰਨ ਦੇ ਵਿੱਚ ਵੀ ਤੁਹਾਨੂੰ ਆਸਾਨ ਹੋਵੇ। ਪੈਰਾਂ ਦੇ ਵਿੱਚ ਪਾ ਪਾ ਕੇ ਅਤੇ ਜੁੱਤੀਆਂ ਮਾਰ ਮਾਰ ਕੇ ਮੈਂ ਚੈੱਕ ਕਰਦੀ ਰਹੀ। ਬੱਚੇ ਮਾਸ਼ਾਅੱਲਾ ਬਹੁਤ ਜ਼ਿਆਦਾ ਸਮਝਦਾਰ ਨੇ। ਜਿਹੜੀ ਜੁੱਤੀ ਪਸੰਦ ਆਉਂਦੀ ਸੀ ਉਹਦੇ ਵਿੱਚ ਸਾਈਜ਼ ਨਹੀਂ ਸੀ ਹੁੰਦਾ ਜਾਂ ਫਿਰ ਉਹ ਬੱਚਿਆਂ ਨੂੰ ਕੰਫਰਟੇਬਲ ਨਹੀਂ ਸੀ ਹੁੰਦੀ। ਮੈਂ ਕਿਹਾ ਹੁਣ ਤੁਸੀਂ ਆਪਣੀ ਆਪਣੀ ਪਸੰਦ ਦੀ ਜੁੱਤੀ ਪਸੰਦ ਕਰੋ। ਬੱਚੇ ਆਪਣੀਆਂ ਆਪਣੀਆਂ ਜੁੱਤੀਆਂ ਪਸੰਦ ਕਰਨ ਲੱਗ ਗਏ ਅਤੇ ਮੈਂ ਵੀ ਲੋਕ ਬਣਾਉਣ ਲੱਗ ਗਈ। ਬੱਚਿਆਂ ਨੂੰ ਵੇਖ ਕੇ ਤੁਸੀਂ ਸਾਰੇ ਵੀ ਮਾਸ਼ਾਅੱਲਾ ਕਿਹਾ ਕਰੋ ਕਿਉਂਕਿ ਇਹ ਬੱਚੇ ਬਹੁਤ ਹੀ ਪਿਆਰੇ ਅਤੇ ਬਹੁਤ ਹੀ ਸਮਝਦਾਰ ਨੇ। ਇਸ ਲਈ ਤੁਸੀਂ ਵੀ ਸਾਰੇ ਮਾਸ਼ਾਅੱਲਾ ਕਿਹਾ ਕਰੋ ਤਾਂ ਕਿ ਬੱਚਿਆਂ ਨੂੰ ਅੱਲਾਹ ਪਾਕ ਹਰ ਬੁਰੀ ਨਜ਼ਰ ਤੋਂ ਦੂਰ ਰੱਖੇ। ਬੱਚਿਆਂ ਨੇ ਆਪਣੀ ਆਪਣੀ ਪਸੰਦ ਦੇ ਜੁੱਤੇ ਪਹਿਨ ਕੇ ਚੈੱਕ ਕਰਕੇ ਡਨ ਕਰ ਲਿੱਤੇ। ਸੋਚਿਆ ਮੈਂ ਵੀ ਆਪਣੇ ਵਾਸਤੇ ਜੁੱਤਾ ਵੇਖ ਲਵਾਂ। ਮੈਂ ਵੀ ਫਿਰ ਬਸ ਜੁੱਤਾ ਵੇਖਿਆ, ਜੁੱਤਾ ਖਰੀਦਿਆ ਨਹੀਂ। ਮੈਂ ਜਿਹੜਾ ਜੁੱਤਾ ਪੈਰ ਦੇ ਵਿੱਚ ਪਾ ਕੇ ਚੈੱਕ ਕਰਨੀ ਸਾਂ ਉਹੀ ਜੁੱਤਾ ਮੈਨੂੰ ਛੋਟਾ ਹੁੰਦਾ ਸੀ। ਪਤਾ ਨਹੀਂ ਹੁਣ ਮੇਰੇ ਪੈਰ ਵੱਡੇ ਨੇ ਜਾਂ ਜੁੱਤੀਆਂ ਛੋਟੀਆਂ ਨੇ। ਖੈਰ ਮੈਂ ਜਦੋਂ ਵੀ ਬਾਜ਼ਾਰ ਜਾਵਾਂ ਮੇਰਾ ਦਿਲ ਕਰਦਾ ਮੈਂ ਆਪਣੇ ਵਾਸਤੇ ਜੁੱਤੀਆਂ ਅਤੇ ਹੈਂਡਬੈਗ ਖਰੀਦ ਕੇ ਲਿਆਵਾਂ। ਲੇਕਿਨ ਮੈਂ ਕੀ ਆਖਿਆ, ਮੇਰਾ ਦਿਲ ਕਰਦਾ ਪਰ ਮੈਂ ਖਰੀਦਦੀ ਨਹੀਂ, ਮੈਂ ਬਸ ਦੇਖ ਕੇ ਵਾਪਸ ਆ ਜਾਂਦੀ ਹਾਂ। ਖੈਰ ਨਾਲ ਬੱਚਿਆਂ ਦੀਆਂ ਜੁੱਤੀਆਂ ਕੰਪਲੀਟ ਹੋ ਗਈਆਂ। ਸ਼ੋਪ ਤੋਂ ਅਸੀਂ ਮਸਾਂ ਮਸਾਂ ਬਾਹਰ ਨਿਕਲੇ ਕਿਉਂਕਿ ਸਾਡਾ ਬਾਹਰ ਨਿਕਲਣ 'ਤੇ ਦਿਲ ਨਹੀਂ ਸੀ ਕਰਦਾ ਪਿਆ। ਬੱਚਿਆਂ ਨੂੰ ਮੈਂ ਜੂਸ ਪਿਲਾਇਆ ਅਤੇ ਫਿਰ ਅਸੀਂ ਘਰ ਵਾਸਤੇ ਨਿਕਲੇ। ਅੱਜ ਦਾ ਵੀ ਲੋਕ ਇੱਥੇ ਹੀ ਐਂਡ ਕੀਤਾ। ਇਨਸ਼ਾਅੱਲਾ ਜ਼ਿੰਦਗੀ ਲਈ ਦੁਬਾਰਾ ਕਿਸੇ ਹੋਰ ਵੀ ਲੋਕ ਦੇ ਨਾਲ ਹਾਜ਼ਰ ਹੋਵਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖੋ, ਦੁਆਵਾਂ ਵਿੱਚ ਯਾਦ ਰੱਖੋ। ਅੱਲਾ ਹਾਫਿਜ਼।